सत श्री अकाल दोस्तों, इंसानियत जिंदाबाद। बहुत बहुत स्वागत है ਤੁਹਾਡਾ ਸਾਡੇ ਚੈਨਲ ਪਿੰਡ ਦਾ ਰੇਡੀਓ ਸਭ ਦਾ ਸਾਂਝਾ ਦੇ। ਤੇ ਦੋਸਤੋ, ਬਹੁਤ ਪਿਆਰ ਦਿੱਤਾ ਸੀ। ਵੀਡੀਓ ਇੱਕ ਪਾਈ ਸੀ, ਉਹਦੇ ਵਿੱਚ ਤੁਸੀਂ ਬਹੁਤ ਉਹਨੂੰ ਵੀਡੀਓ ਨੂੰ ਵੇਖਿਆ, ਚੈੱਕ ਕੀਤਾ, ਉਹਦੇ ਤੇ ਬਹੁਤ ਕਮੈਂਟ ਪੋਜ਼ਿਟਿਵ ਆਏ, ਬਹੁਤ ਨੈਗੇਟਿਵ ਵੀ ਆਏ ਆ। ਬਿਲਕੁਲ, ਕਿਉਂਕਿ ਕੁਝ ਲੋਕਾਂ ਨੇ ਜਿੱਦਾਂ ਮਤਲਬ ਆਪੋ ਆਪਣੀ ਸਾਰਿਆਂ ਦੀ ਹੈਗੀ ਹੈ, ਕਈ ਵੀਰਾਂ ਨੇ ਫਿਕਰ ਵੀ ਜਤਾਇਆ ਇਸ ਚੀਜ਼ ਦੇ ਉੱਤੇ। ਹਾਂਜੀ, ਨਹੀਂ ਚੰਗੇ ਲੋਕ ਹੁੰਦੇ ਆ ਜਿਹਨਾਂ ਨੂੰ ਫਿਕਰ ਵੀ ਹੁੰਦਾ, ਉਹਨਾਂ ਨੇ ਫਿਕਰ ਜਤਾਇਆ ਇਸ ਚੀਜ਼ ਦੇ ਉੱਤੇ ਕਿ ਤੁਸੀਂ ਇਹ ਚੀਜ਼ ਦੇ ਬਾਰੇ ਕੁਝ ਕਰ ਰਹੇ ਜੇ। ਤੇ ਅਸੀਂ ਦੋਸਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਚੀਜ਼ ਦੇ ਉੱਤੇ ਵੀ ਕਰ ਰਹੇ ਹਾਂ। ਹਾਂਜੀ, ਤੇ ਜਲਦੀ ਜਿਹੜੇ ਮੁੰਡੇ ਆਪਣੇ ਨਿਕਲਣਗੇ ਬਾਹਰ, ਉਹਨਾਂ ਨਾਲ ਵੀ ਤੁਹਾਨੂੰ ਮਿਲਾਇਆ ਜਾਊਗਾ। ਤੇ ਹੁਣ ਥੋੜੇ ਜਿਹੇ ਕਮੈਂਟਾਂ ਦੇ ਵੱਲ ਆਪਾਂ ਜਾਂਦੇ ਹਾਂ। ਕਮੈਂਟ ਵੇਖ ਕੇ ਉਹਨਾਂ ਦੇ ਜਵਾਬ ਥੋੜੇ ਜਿਹੇ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਵਾਬ ਵੀ ਦੇਣੇ ਚਾਹੀਦੇ ਆਪਾਂ। ਹਾਂਜੀ, ਇਹੀ ਗੱਲ ਕਰਾਂਗੇ ਤੁਹਾਡੇ ਨਾਲ। ਤੇ ਇਹਦੇ ਵਿੱਚ ਨਾਮ, ਚਲੋ ਕੀ ਲੈਣਾ, ਨਾਮ ਨਹੀਂ ਕਿਸੇ ਦਾ ਵੀ ਲੈਣਾ। ਕਈ ਵੀਰਾਂ ਨੇ ਇਹ ਕਿਹਾ ਕਿ ਛਿੱਤਰ ਪਰੇਡ ਕਰੋ, ਇਹਨਾਂ ਦੀ ਛਿੱਤਰ ਫੇਰ ਹੋ ਇਹਨਾਂ ਨੂੰ। ਨਹੀਂ, ਤੁਹਾਨੂੰ ਕੀ ਲੱਗਦਾ ਛਿੱਤਰ ਫੇਰਿਆਂ ਕੁਝ ਹੋ ਸਕਦਾ ਮਸਲਾ? ਵੇਖੋ, ਜਿਹੜੇ ਬੰਦੇ ਪਿਆਰ ਨਾਲ ਸਮਝਣ ਡਏ ਉਹਨਾਂ ਨੂੰ ਛਿੱਤਰ ਫੇਰਿਆ ਨਹੀਂ। ਉਹ ਕਹਿੰਦੇ ਹੁੰਦੇ ਨਾ ਵੀ ਕਿ ਸਿਆਣੇ ਨੇ ਕਿਹਾ ਵੀ ਅਗਲਾ ਤੇ ਸਮਝਦਾ ਵੀ ਸ਼ਾ ਦੋ ਪੰਜਾਂ ਢੂਈ, ਮਤਲਬ ਢੂਈ ਦੇ ਦੋ ਪੰਜਾਂ ਦੇ ਵਿਸਰ ਗਈਆਂ ਸਾਵਾ ਮੇਰੇ ਭਾਈ। ਵੀ ਉਹ ਛੇਤਰ ਫੇਰਾਂ ਨੂੰ ਕਹਿੰਦਾ, ਇਹ ਫੇਰ ਭੁੱਲ ਜਾਂਦੇ ਆ ਵੀ ਛੇਤਰ ਵੱਜਿਆ, ਕੋਈ ਚੱਕਰ ਨਹੀਂ ਹੈ। ਬਾਕੀ ਆਪਣੇ ਕਿੰਨੇ ਪਿਆਰ ਨਾਲ ਸਮਝਾਇਆ ਜਾ ਸਕਦਾ। ਬਿਲਕੁਲ, ਆਪਣੇ ਕਿੰਨੀ ਵਾਰੀ ਛੇਤਰ ਫੇਰੇ ਆ ਲੋਕਾਂ ਨੇ, ਫੇਰੇ ਆ ਲੋਕ, ਮੁੰਡਿਆਂ ਨੂੰ ਭਜਾਇਆ ਉੱਥੋਂ, ਜੇ ਉਹ ਨਾ ਛੱਡਿਆ ਨਹੀਂ। ਪਰ ਪਿਆਰ ਦੇ ਨਾਲ ਵੀਰ, ਜਦੋਂ ਪਿਆਰ ਨਾਲ ਕੋਈ ਕਿਸੇ ਨੂੰ ਕਹੂਗਾ ਨਾ, ਤੇ ਲੋਕ ਸਮਝਦੇ ਆ, ਨਸ਼ਾ ਵੀ ਛੱਡਣਗੇ। ਉਹਨਾਂ ਨੂੰ ਕਹੋ, ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਉਹਨਾਂ ਨੂੰ ਕਰਾਓ। ਬਾਕੀ ਮਰੀਜ਼ ਆਏ, ਬਿਮਾਰ ਹੋਏ ਬੰਦੇ, ਮਾਨਸਿਕ ਤੌਰ ਤੇ ਰੋਗੀ ਆ, ਰੋਗੀ ਨੂੰ ਛੇਤਰ ਨਹੀਂ ਫੇਰਿਆ ਜਾ ਸਕਦਾ। ਪਿਆਰ ਨਾਲ, ਤਰੀਕੇ ਨਾਲ ਸਮਝਾਇਆ ਜਾ ਸਕਦਾ ਵਾ, ਉਹਦਾ ਦਵਾ ਦਾਰੂ ਕਰਾਇਆ ਜਾਵੇ ਤਰੀਕੇ ਨਾਲ, ਘਰ ਦੇ ਸਾਥ ਦੇਣ, ਰਿਸ਼ਤੇਦਾਰ ਸਾਥ ਦੇਣ ਉਹਦਾ, ਤੇ ਉਹ ਸੈੱਟ ਹੋ ਜਾਂਦਾ ਵਾ। ਅਸੀਂ ਕੁਝ ਗਰਾਊਂਡ ਲੈਵਲ ਤੇ ਜਾ ਕੇ ਕੁਝ ਵੀਰਾਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਵਾ। ਚਲੋ ਜਿੰਨੀ ਕਿ ਅਸੀਂ ਗੱਲ ਕਰ ਸਕਦੇ ਸੀ ਕੀਤੀ ਆ। ਕੁਝ ਕੁ ਬੰਦਿਆਂ ਨੇ ਸਾਡੇ ਆਖੇ ਕਹਿਣ ਤੇ ਨਸ਼ਾ ਛੱਡਿਆ ਵੀ ਆ। ਬਿਲਕੁਲ, ਗਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਰੂਬਰੂ। ਬਾਕੀ ਪੰਜਾਬ ਦੇ ਵਿੱਚ ਸਾਨੂੰ ਇਹੋ ਹੀ ਸਾਡੀ ਬੇਨਤੀ ਆ ਪੰਜਾਬ ਦੇ ਵਿੱਚ ਵੀਰਾਂ ਨੂੰ ਕਿ ਜਿੱਥੇ ਵੀ ਕੋਈ ਵੀਰ ਹੈਗੇ ਆ, ਮਤਲਬ ਜਿਹੜੇ ਦਰਦੀ ਆ ਪੰਜਾਬ ਦੇ, ਹਾਂ, ਉਹ ਲੋਕ ਉੱਠੋ, ਇੱਕ ਵਾਰੀ ਪਿਆਰ ਨਾਲ ਉਹਨਾਂ ਨੂੰ ਕਹੋ, ਉਹਨਾਂ ਨੂੰ ਇਹ ਗੱਲ ਕਹੋ ਕਿ ਟੀਕਾ ਛੱਡੋ। ਟੀਕੇ ਦੇ ਨਾਲ HIV ਹੋ ਰਹੀ ਆ। ਟੀਕਾ ਬਹੁਤ ਜ਼ਿਆਦਾ ਮਾੜੀ ਚੀਜ਼ ਆ। ਟੀਕਾ, ਉਹਨਾਂ ਨੂੰ ਕਹੋ ਕਿ ਟੀਕਾ ਲਾਉਣਾ ਬੰਦ ਕਰੋ, ਹੌਲੀ ਹੌਲੀ ਟੀਕੇ ਤੋਂ ਲੱਥਣਗੇ ਨਾ। ਟੀਕਾ ਜ਼ਿਆਦਾ ਮਾਰ ਰਿਹਾ ਵਾ ਲੋਕਾਂ ਨੂੰ, ਪਹਿਲ ਟੀਕੇ ਦੀ ਆ, ਟੀਕੇ ਦੇ ਉੱਤੇ ਹੁੰਦਾ ਵਾ। ਤੇ ਬਾਕੀ ਇੱਕ ਸਵਾਲ ਇਹਦੇ ਉੱਤੇ ਹੋਰ ਇੱਕ ਆਇਆ ਕਿ ਵੇਚਣ ਵਾਲਿਆਂ ਦਾ, ਮਤਲਬ ਪਤਾ ਵਾ ਵੇਚਣ ਵਾਲਿਆਂ ਨੂੰ ਤੁਸੀਂ ਕਰੋ, ਇੱਦਾਂ ਕਰੋ। ਤੁਹਾਨੂੰ ਕੀ ਲੱਗਦਾ ਵਾ ਕਿ ਵੇਚਣ ਵਾਲਿਆਂ ਦੇ ਨਾਲ ਜਾ ਕੇ, ਮਤਲਬ ਤੇ ਇਹ ਗੱਲ ਕਹਿੰਦੇ ਆ ਕਿ ਆਪਾਂ ਕਿਸੇ ਦੇ ਨਾਲ ਲੜਾਈ ਝਗੜਾ ਲੈ ਕੇ ਆਪਣਾ ਸਮਾਂ ਬਰਬਾਦ ਨਾ ਕਰੀਏ। ਉਹੀ ਸਮਾਂ ਅਸੀਂ ਇਹਨਾਂ ਤੇ ਲਾਈਏ, ਜੇ ਅਸੀਂ ਇਹਨਾਂ ਨੂੰ ਸਮਝਾਵਾਂਗੇ ਤੇ ਉਹਨਾਂ ਦਾ ਸੌਦਾ ਜਿਹੜਾ ਪਿਆਜ਼ ਆ, ਪਿਆਜ਼ ਹੀ ਰਹਿਣਾ। ਖਰੀਦਣ ਵਾਲਾ ਉਹ ਦੁਕਾਨ ਤੇ ਨਾ ਜਾਵੇ। ਜਦੋਂ ਖਰੀਦਣ ਵਾਲੇ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਸੌਦਾ ਮੇਰਾ ਨੁਕਸਾਨ ਕਰੂਗਾ, ਉਹ ਸਮਝ ਜੇ ਗੱਲ ਨੂੰ, ਤੇ ਖਰੀਦਣ ਵਾਲਾ ਜਾਂਦਾ ਹੀ ਨਹੀਂ ਆ। ਬਿਲਕੁਲ ਵੀਰ ਜੀ, ਬਾਕੀ ਤੇ ਪਿਆਜ਼ ਦਾ ਪਿਆਜ਼ ਰਹਿ ਜਾਂਦਾ। ਬਿਲਕੁਲ, ਹੁਣ ਮੰਨ ਲਓ ਖੰਡ ਦਾ ਪਤਾ ਲੋਕਾਂ ਨੂੰ ਸ਼ੂਗਰ ਕਰਦੀ ਹੈ। ਤੁਹਾਨੂੰ ਪਤਾ ਲੱਗ ਗਿਆ ਨਾ ਕਿ ਖੰਡ ਨਹੀਂ ਲੈ ਕੇ ਆਉਣੀ, ਖੰਡ ਤੁਸੀਂ ਨਹੀਂ ਖਾਂਦੇ, ਖੰਡ ਪਈ ਰਵੇ ਦੁਕਾਨ ਤੇ, ਦੁਕਾਨ ਵਾਲੇ ਨਾਲ ਕੋਈ ਮਤਲਬ ਨਹੀਂ ਆ। ਦੁਕਾਨਦਾਰ ਨੇ ਸੌਦਾ ਲਿਆ ਕੇ ਰੱਖਣਾ ਹੀ ਆ। ਇਹ ਜਿਹੜੇ ਲੋਕ ਨਸ਼ਾ ਵੇਚ ਰਹੇ ਆ, ਇਹ ਦੁਕਾਨਦਾਰ ਆ ਇੱਕ ਤਰੀਕੇ ਦੇ ਨਾਲ ਇਹ ਸਮਾਜ ਦੇ ਵਿੱਚ। ਤੇ ਦੁਕਾਨਦਾਰੀ ਇਹ ਕੋਈ ਵਧੀਆ ਨਹੀਂ ਆ। ਉਹਨਾਂ ਵੀਰਾਂ ਨੂੰ ਇਹੋ ਹੀ ਆ ਕਿ ਚਲੋ ਤੁਸੀਂ ਵੀ ਸੰਭਲੋ, ਨਿਕਲੋ ਇਹਦੇ ਵਿੱਚੋਂ। ਤੁਹਾਡੇ ਨਾਲ ਸਾਡਾ ਕੋਈ ਵਿਰੋਧ ਨਹੀਂ ਆ, ਤੁਹਾਡੀ ਸੋਚ ਸ਼ਾਇਦ ਤੁਸੀਂ ਆਪਣੀ ਸਮਝ ਦੇ ਜਿਹੜੇ ਦਰਵਾਜ਼ੇ ਆ ਉਹਨੂੰ ਬੰਦ ਕਰ ਚੁੱਕੇ ਜੇ। ਬਾਕੀ ਇਹ ਕਾਨੂੰਨੀ ਕਾਰਵਾਈ ਆ, ਕਾਨੂੰਨ ਨੂੰ ਸਾਰਾ ਪਤਾ ਵਾ ਕੀ ਕੀ ਕਿੱਥੇ ਹੋ ਰਿਹਾ, ਉਹਨਾਂ ਦੇ ਅੰਡਰ 'ਚ ਆ। ਇਹਦੇ ਤੇ ਆਪਾਂ ਕੁਝ ਨਹੀਂ ਕਰ ਸਕਦੇ, ਕਿਉਂਕਿ ਆਪਣਾ ਇਹ ਮਸਲਾ ਨਹੀਂ ਆ। ਆਪਾਂ ਆਪਣੇ ਭੈਣਾਂ ਭਰਾਵਾਂ ਨੂੰ ਸਮਝਾ ਸਕਦੇ ਆ, ਆਪਾਂ ਆਪਣੇ ਬੰਦਿਆਂ ਦੇ, ਤੁਹਾਡੇ ਲਈ ਜ਼ਹਿਰ ਆ, ਤੁਸੀਂ ਇਹਨੂੰ ਨਾ ਲਾਓ, ਮਰੋਗੇ। ਬਿਲਕੁਲ, ਹੁਣ ਜ਼ਹਿਰ ਵੇਖਦਾ ਵਾ, ਵੇਖੋ ਦਵਾਈਆਂ ਵੇਖਦੀਆਂ ਉਹਨਾਂ ਸਬਜ਼ੀਆਂ ਵਾਲੀਆਂ, ਜ਼ਹਿਰ ਵਾਲੀਆਂ ਹੁੰਦੀਆਂ, ਜ਼ਹਿਰੀਲੀਆਂ, ਨਹੀਂ ਨਾ ਖਾਂਦਾ ਕੋਈ, ਨਹੀਂ ਖਾਂਦਾ ਕੋਈ। ਜਿੱਦਣ ਲੋਕ ਇਹ ਸਮਝ ਗਏ ਕਿ ਇਹ ਨਸ਼ਾ ਜ਼ਹਿਰ ਆ, ਤੁਹਾਡੀਆਂ ਰਗਾਂ ਦੇ ਵਿੱਚ ਜ਼ਹਿਰ ਭਰਨ ਡਿਆ ਵਾ ਇਹ ਨਸ਼ਾ, ਤੁਸੀਂ ਮੌਤ ਦੇ ਮੂੰਹਾਂ ਲਿਜਾਣ ਡਿਆ, ਤੁਹਾਡੇ ਪਰਿਵਾਰ ਉੱਜੜਨ ਡਿਆ। ਆਪ ਹੀ ਨਹੀਂ ਜਾਂਦੇ। ਬਿਲਕੁਲ, ਤੇ ਤੁਸੀਂ ਇਹ ਚੀਜ਼ ਨੂੰ ਬਿਲਕੁਲ, ਇਹ ਚੀਜ਼ ਦੇ ਉੱਤੇ ਸੋਚੋ, ਇਹਨੂੰ ਬੰਦ ਕਰੋ। ਦੁਕਾਨਦਾਰਾਂ ਨਾਲ ਲੜਨ ਦਾ ਮਤਲਬ ਨਹੀਂ ਹੈਗਾ ਕੋਈ ਵੀ। ਆਪਾਂ ਗਾਹਕ ਘਟਾਉਣੇ ਆ, ਗਾਹਕਾਂ ਨੂੰ ਸਮਝਾਈਏ ਕਿ ਨਾ ਜਾਓ ਯਾਰ ਦੁਕਾਨ ਦੇ ਉੱਤੇ। ਹਾਂਜੀ, ਉੱਥੇ ਮਾੜੀ। ਅੱਛਾ ਵੀਰ ਜੀ, ਇੱਕ ਸਵਾਲ ਹੋਰ ਇੱਕ ਵੀਰ ਨੇ ਕੀਤਾ ਇਹਦੇ ਵਿੱਚ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਖੁਦ ਨਸ਼ਾ ਕਰਦੀ ਆ, ਉਹ ਖੁਦ ਨਸ਼ਾ ਛੱਡਦੇ ਤੇ ਨਸ਼ਾ ਫੇਰ ਬੰਦ ਹੋ ਸਕਦਾ ਵਾ। ਪੰਜਾਬ ਪੁਲਿਸ ਇਹ ਕਰਕੇ ਨਹੀਂ ਜਾਂਦੀ ਨਸ਼ਾ ਫੜਨ ਵਾਲਿਆਂ ਵੱਲ, ਕਿਉਂਕਿ ਉਹ ਆਪ ਕਰਦੀ ਆ। ਉਹਨੂੰ ਇਹ ਆ ਕਿ ਜੇ ਨਸ਼ਾ ਬੰਦ ਹੋ ਗਿਆ ਤੇ ਅਸੀਂ ਕਿੱਥੋਂ ਕਰਾਂਗੇ। ਵੇਖੋ, ਇਹ ਗੱਲ ਦੀ ਠੀਕ ਆ, ਉਹਨਾਂ ਨੂੰ ਵੀ ਆਪਣਾ ਪੱਖ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਦੇ ਇਲਜ਼ਾਮ ਲੱਗਣ ਡਏ ਆ। ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਆਪਣਾ ਪੱਖ ਰੱਖਣਾ ਚਾਹੀਦਾ। ਬਾਕੀ ਅਸੀਂ ਇਹ ਗੱਲ ਕਹਿੰਦੇ ਆ ਕਿ ਇੱਕ ਬੰਦਾ ਗਲਤ ਹੋ ਜਾਣ ਦੇ ਨਾਲ सारी पंजाब पुलिस नहीं गलत हो सकती। ईमानदार अफसर अज भी पंजाब पुलिस दे विच अपना फर्ज निभा रहा, अपनी ड्यूटी कर रहा ईमानदारी दे नाल। हर थां बंदे गलत हैगे आ, चलो एक बंदा गलत होने दे नाल सारे गलत नहीं हो सकते। असीं इह पक्का लिख के नहीं दे सकते कि सारे ही गलत आ। बिल्कुल बिल्कुल, बहुत वधिया वधिया अफसर ईमानदार अफसर हैगे आ। अपना पक्ष रखना चाहिए पंजाब पुलिस नूं, जे उन्हां दे इल्जाम लगा वा तो अपना पक्ष रख। बाकी पंजाब पुलिस का भी यह है कि पंजाब पुलिस जी साडी है, पंजाब चो ही है ना, साडे भैन भरा वा, वो भी पंजाब दे विचों ही आ। उन्होंने सोचना चाहिए इस चीज़ के उत्ते कि वो जिन्नी क ड्यूटी अपनी कर सकते हैं तो सही करन, सही करन। बिल्कुल, पंजाब उन्होंने भी उन्ना ही है क्योंकि वो पंजाब चो ही आ, बाहरों तो कितों लिया नहीं भर्ती कीते जे मुंडे पंजाब पुलिस दे। पंजाब पुलिस के बच्चे इत्थों ही भर्ती होए आ, साडे भैन भरा वा पंजाब पुलिस दे विच। बिल्कुल, तो इस करके पंजाब पुलिस नूं ये चीज़ के उत्ते जिहड़ा इल्जाम देना पंजाब पुलिस नूं बंद करिए। आपां पंजाब पुलिस कल्ली कुछ नहीं कर सकती, सानू भी नाल करना पैना। जे असीं करांगे ना तो वो भी करनगे, असीं साथ देवांगे उन्हां दा ते फिर हो सकदा कुछ। जे असीं साथ नहीं उन्हां दा देवांगे तो कुछ नहीं हो सकदा। साडे घरां चों उठ के भर्ती होए आ साडी भैन भरा वा। बिल्कुल, तो इस करके इन्हां चीज़ां नूं इहो जिहियां गल्लां जेहड़ियां वा वीर जी, ये चीज़ां तुसीं ना करिया करो। पॉजिटिविटी वाले बने लैके चलीए आपां, नैगेटिव जिहड़े पॉइंट आ ओह ना आपां वधाईए। नैगेटिविटी ते अग्गे लोकां दे विच बहुत आ, क्योंकि सानू ये है कि कोई इदा की लहर चले। हर एक पिंड दे विच्चों जिहड़े भी मुंडे चंगे आ, जिहड़े सोचदे आ कि असीं जिम्मेवार आ। बिल्कुल बिल्कुल, ठीक है, अपने पिंड दे नाल प्यार करदे आ, ओह उठण। उन्हां वीरां नूं एक वारी तो यार जाके समझाओ, हो सकदा 10 बंदियां दे विच्चों एक बंदा कैप्चर करो। एक बंदा भी 10 बंदियां दे विच्चों तुहाडा कहना मन जांदा वा ते तुहाडा क्या होया बहुत तरीके दे नाल, मतलब तुसीं सफल दे उहदे विच, सफल जे उहदे विच। हां, एक बंदा भी जे ढाणी नाल तोड़ दे ना ते ढाणी टुटदी आ हौली हौली, ते तुहाडा भी हौसला वधूगा। बाकी जे कोई चीज़ नहीं आउंदी गल टिक्के दे विच ते तुसीं साडे नाल भी कंटैक्ट कर सकदे जे, ते ओह असीं तुहानूं कोई गलबात उहदे ते दस सकदे आ कि किद्दां किद्दां इहदे ते वर्क करना। असीं अपने पिंड दे विच इह मतलब हौली हौली ग्राउंड लैवल ते कोई चीज़ां शुरू कीतीਆਂ वा। असीं कह रहे हां, घरां च जा रहे हां, ਜਿਹੜੇ ਜਿਹੜੇ ਵੀਰ ਮੁੰਡੇ ਸਾਡੇ ਮਿੱਤਰ ਦੋਸਤ ਕਰਦੇ ਆ ਇਸ ਚੀਜ਼ ਨੂੰ, ਨਸ਼ਾ ਕਰਦੇ ਆ, ਉਹਨਾਂ ਨੂੰ ਵੀ ਅਸੀਂ ਮਿਲਦੇ ਆ, ਉਹਨਾਂ ਦੇ ਘਰਾਂ 'ਚ ਵੀ ਜਾ ਗਏ ਆ ਕਈ ਵਾਰ। ਕਈ ਸਾਡੇ ਨਾਲ ਹਾਮੀ ਭਰ ਚੁੱਕੇ ਆ ਕਿ ਨਹੀਂ ਹਾਂ ਅਸੀਂ ਇਹ ਮਤਲਬ ਜਿਹੜੀ ਲਾਹਣ ਸਾਡੇ ਗਲ ਪੈ ਚੁੱਕੀ, ਅਸੀਂ ਇਹਨੂੰ ਲਾਉਣਾ ਚਾਹੁੰਦੇ ਆ। ਸਿਰਫ ਸਾਨੂੰ ਡਰ ਲੱਗਦਾ ਵਾ ਇਸ ਚੀਜ਼ ਦਾ ਕਿ ਮਤਲਬ ਅਸੀਂ ਨੁਕਸਾਨ ਨਾ ਆਪਣਾ ਕਰ ਬਈਏ। ਅਸੀਂ ਉਹਨਾਂ ਨੂੰ ਇਹੋ ਸਮਝਾਉਂਦੇ ਆ ਕਿ ਨਸ਼ਾ ਛੱਡਣ ਦੇ ਹਿਸਾਬ ਨਾਲ ਤੁਸੀਂ ਡੋਜ਼ ਨੂੰ ਆਪਣੇ ਤਰੀਕੇ ਨਾਲ ਲੈ ਕੇ ਚੱਲੋ, ਹੌਲੀ ਹੌਲੀ ਨਸ਼ਾ ਛੱਡੋ। ਜੇ ਨਸ਼ਾ ਕਰੀ ਗਏ ਤਾਂ ਫਿਰ ਤੁਹਾਡਾ ਜ਼ਿਆਦਾ ਨੁਕਸਾਨ ਹੋ ਸਕਦਾ ਵਾ। ਕਈ ਵੀਰਾਂ ਦਾ ਇਹ ਸਵਾਲ ਆ ਕਿ ਤੁਸੀਂ ਮਤਲਬ ਬਦਨਾਮ ਕਰਨ ਡਿਆ ਜੇ ਇਹ ਚੀਜ਼ ਨੂੰ, ਪੰਜਾਬ ਨੂੰ ਬਦਨਾਮ ਕਰਨ ਡਿਆ ਜੇ ਇਹ ਚੀਜ਼ ਵਿਖਾ ਕੇ, ਵੀਡੀਓ ਵਿਖਾ ਕੇ। ਅਸੀਂ ਹਾਂ, ਤੇ ਨਸ਼ਾ ਸਾਰੇ ਦੁਨੀਆ 'ਚ ਹੀ ਬਹੁਤ ਆ, ਤੇ ਮਤਲਬ ਦੁਨੀਆ ਦੇ ਵਿੱਚ ਤੁਸੀਂ ਝਾਤ ਮਾਰੋ ਸਾਰੇ ਬੰਨੇ ਨਸ਼ਾ ਬਹੁਤ ਆ, ਤੁਸੀਂ ਪੰਜਾਬ ਨੂੰ ਬਦਨਾਮ ਕਰਨ ਡਿਆ। ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਦੁਨੀਆ 'ਚ ਹੋਊਗਾ, ਹੋ ਸਕਦਾ ਹੋਵੇ ਵੀ, ਅਸੀਂ ਇਹਨੀ ਗੱਲ ਵੀ ਅਸੀਂ ਇਹ ਤੋਂ ਮੁੱਕਰਦੇ ਨਹੀਂ ਆ। ਪਰ ਜੋ ਅਸੀਂ ਵੇਖ ਰਹੇ ਹਾਂ, ਅਸੀਂ ਇੱਕ ਪਿੰਡ ਦੇ ਵਿੱਚ ਰਹੇ ਹਾਂ, ਸਾਡੇ ਪਿੰਡ ਦੇ ਵਿੱਚ ਇਹਨਾਂ 2 ਮਹੀਨਿਆਂ ਦੇ ਵਿੱਚ ਹੀ ਕਮ ਸੇ ਕਮ 40 ਤੋਂ 50 ਮੁੰਡੇ ਮਰ ਚੁੱਕੇ ਆ। ਬਿਲਕੁਲ, ਸਾਨੂੰ ਪਤਾ ਵੀ ਲੱਗ ਰਿਹਾ ਕਿ ਇਸ ਕਾਰਨ ਦਾ ਕਰਕੇ ਮੁੰਡੇ ਮਰ ਰਹੇ, ਤੇ ਅਸੀਂ ਉੱਤੇ ਫਿਰ ਵੀ ਚੁੱਪ ਕੀਤੇ ਰਹੀਏ। ਬਿਲਕੁਲ, ਇਹ ਸਾਨੂੰ ਸੋਭਦਾ ਨਹੀਂ ਆ। ਬਾਕੀ ਤੁਹਾਨੂੰ ਪਤਾ ਵਾ ਰਹੀ ਜਾਂਦਾ। ਬਾਕੀ ਵੀਰ ਜੀ ਮਤਲਬ ਆਪਾਂ ਗਵਾਂਢੀਆਂ ਤੋਂ ਕੀ ਲੈਣਾ, ਆਪਾਂ ਆਪਣਾ ਘਰ ਸੰਭਾਲੀਏ। ਪੰਜਾਬ ਜਿਹੜਾ ਇਹ ਗੱਲ ਕਹਿੰਦਾ ਵਾ ਕਿ ਇਹਨਾਂ ਚੀਜ਼ਾਂ ਨੂੰ ਸਾਹਮਣੇ ਲਿਆ ਕੇ ਤੁਸੀਂ ਪੰਜਾਬ ਦੀ ਬਦਨਾਮੀ ਕਰ ਰਹੇ ਜੇ, ਤੇ ਇਹ ਇੱਕ ਵਾਇਰਸ ਆ, ਜਿਵੇਂ ਕਰੋਨਾ ਵਾਇਰਸ ਸੀ, ਜਦੋਂ ਉਹਦੇ ਮਰੀਜ਼ ਨਿਕਲਦੇ ਸੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਉਹਨਾਂ ਨੂੰ ਸਾਹਮਣੇ ਲਿਆਂਦਾ ਜਾਂਦਾ ਸੀ ਕਿ ਉਹਦੇ ਵਿੱਚ ਵੀ ਤੁਸੀਂ ਸਮਝਦੇ ਹੋ ਕਿ ਬਦਨਾਮੀ ਆ। ਜਾਂ ਤੇ ਉਦੋਂ ਵੀ ਗੱਲ ਕਰਦੇ ਕਿ ਤੁਸੀਂ ਬਦਨਾਮੀ ਕਰ ਰਹੇ। ਉਦੋਂ ਕਿੰਨੇ ਲੋਕਾਂ ਦੀਆਂ ਖਬਰਾਂ ਲਵਾਈਆਂ। ਸੱਚ ਨੂੰ ਸਾਹਮਣੇ ਲਿਆਉਣਾ ਬਦਨਾਮੀ ਨਹੀਂ ਹੁੰਦੀ। ਬਿਲਕੁਲ, ਉਹਦਾ ਇਲਾਜ ਕਰ ਦੇਣਾ ਪ੍ਰੋਪਰ ਤਰੀਕੇ ਨਾਲ, ਸਹੀ ਢੰਗ ਨਾਲ, ਉਹਨੂੰ ਫੜ ਕੇ ਟਾਈਮ 'ਤੇ, ਬਿਲਕੁਲ ਉਹ ਵਧੀਆ ਹੁੰਦਾ ਵਾ। ਕਿਉਂਕਿ ਫੈਲੇ ਨਾ ਇਹ ਵਾਇਰਸ, ਅੱਗੇ ਵੀ ਫੈਲ ਰਿਹਾ ਵਾ। ਅਸੀਂ ਵੇਖ ਰਹੇ ਹਾਂ ਕਿ 10-10 12-12 ਸਾਲ ਦੇ ਬੱਚੇ ਆਉਣ ਵਾਲੇ ਜਿਹੜਾ ਭਵਿੱਖ ਆ, ਉਹ ਵੀ ਇਸ ਲਹਿਰ ਦੇ ਵਿੱਚ ਵੜ ਰਿਹਾ ਵਾ। ਬਿਲਕੁਲ, ਬਾਕੀ ਜਿਹੜਾ ਹੈਗਾ ਵਾ ਇਹਨੂੰ ਕੰਪੇਅਰ ਨਾ ਕਰੀਏ ਪੰਜਾਬ ਨੂੰ ਆਪਾਂ। ਉਹ ਯਾਰ ਸਾਡਾ ਪੰਜਾਬ ਨਿਗਾ ਜਿਹਾ ਵਾ, ਉੱਜੜਦਾ ਜਾਣ ਡਿਆ। ਅਸੀਂ ਦੁਨੀਆ ਤੋਂ ਕੀ ਲੈਣਾ। ਅਮਰੀਕਾ 'ਚ ਨਸ਼ਾ ਵਾ, ਕੈਨੇਡਾ 'ਚ ਨਸ਼ਾ ਵਾ, ਉਹਨਾਂ ਦਾ ਮਸਲਾ ਵਾ। ਤੁਹਾਡੇ ਕੀ ਹਾਲ ਆ, ਅਸੀਂ ਆਪਣੇ ਘਰ ਦਾ ਵੇਖਣਾ ਕਿ ਸਾਡੇ ਘਰ ਦੇ ਵਿੱਚ ਬਿਮਾਰੀ ਕਿੰਨੀ ਹੈ। ਅਸੀਂ ਆਪਣੇ ਘਰ ਨੂੰ ਅਸੀਂ ਸਵਾਰਨਾ, ਕਿਉਂਕਿ ਸਾਡਾ ਜਿਹੜਾ ਹੈਗਾ ਵਾ ਮਤਲਬ ਜਿਹੜਾ ਸਟੇਟਸ ਆ ਨਾ ਪੰਜਾਬੀਆਂ ਦਾ, ਧਾਰਮਿਕ ਲਾ ਲਓ, ਤੁਸੀਂ ਗ੍ਰੰਥ ਦੇ ਲੈਵਲ 'ਤੇ ਲਾ ਲਓ, ਸਾਡਾ ਇਹ ਸਟੇਟਸ ਨਹੀਂ ਆ ਕਿ ਅਸੀਂ ਟੀਕੇ ਲਾ ਕੇ ਮਰਦੇ ਜਾਈਏ ਜ਼ਹਿਰ ਖਾ ਕੇ। ਸਾਡੀ ਵਿਰਾਸਤ ਬਹੁਤ ਵੱਡੀ ਆ, ਬਹੁਤ ਸੰਘਰਸ਼ ਕਰਕੇ ਇੱਥੋਂ ਤੱਕ ਪਹੁੰਚੇ ਆ। ਅਸੀਂ ਬਹੁਤ ਜੰਗਾਂ ਲੜੀਆਂ, ਬਹੁਤ ਯੁੱਧ ਹੋਏ ਆ, ਤੇ ਅੱਜ ਅਸੀਂ ਹੁਣ ਟੀਕੇ ਲਾ ਕੇ ਮਰਦੇ ਜਾਂਦੇ ਆ। ਅਸੀਂ ਕੁਝ ਵੀ ਨਹੀਂ ਕਰ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਸਾਡੇ ਤੇ ਅਟੈਕ ਕਰ ਦੇ। ਨਹੀਂ ਆਪਣਾ ਮਤਲਬ ਜਦੋਂ ਕਹਿੰਦੇ ਨੇ ਕਿ ਸਾਡਾ ਸਰੀਰ ਹੀ ਸਾਡਾ ਕੰਮ ਸਾਥ ਨਹੀਂ ਦੇ ਰਿਹਾ ਤੇ ਅਸੀਂ ਕੀ ਕਰਾਂਗੇ ਕਿਸੇ ਦੇ ਨਾਲ। ਬਿਲਕੁਲ ਅਸੀਂ ਬਿਲਕੁਲ ਡੈੱਡ ਹੋ ਗਏ ਆ ਮੁੰਡੇ। ਇਹ ਕਰਕੇ ਬਹੁਤ ਧੰਨਵਾਦ ਹੈ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹਦੇ ਤੇ ਚਿੰਤਾ ਜਤਾਈ ਆ, ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮਤਲਬ ਇਹਦੇ ਤੇ ਚਲੋ ਜੋ ਵੀ ਟਿੱਪਣੀ ਟੀਕਾ ਕੀਤਾ ਵਾ ਆਪਣਾ ਵਿਊ ਦਿੱਤਾ ਵਾ ਉਹਨਾਂ ਨੇ, ਪਰ ਤਰੀਕੇ ਨਾਲ ਧਿਆਨ ਨਾਲ ਮਤਲਬ ਕਿਸੇ ਦੇ ਪੱਖ ਦੇ ਵਿੱਚ ਰਹਿ ਕੇ ਸੋਚੀਏ। ਬਿਲਕੁਲ ਕਿਸੇ ਦੇ ਵਿਰੋਧ ਦੇ ਵਿੱਚ ਜਾ ਕੇ ਸੋਚਾਂਗੇ ਤਾਂ ਅਸੀਂ ਵਿਰੋਧ 'ਚ ਹੀ ਖੜੇ ਹੋਵਾਂਗੇ। ਉਹਨੂੰ ਪੋਜ਼ਿਟਿਵਿਟੀ ਦੇ ਨਾਲ ਰਹੀਏ। ਬਾਕੀ ਜਿਹੜੇ ਵੀਰ ਕਹਿੰਦੇ ਆ ਕਿ ਨਹੀਂ ਸੁਧਰਨਾ ਇਹਨਾਂ ਨੇ, ਉਹਨਾਂ ਨੂੰ ਅਸੀਂ ਕੁਝ ਨਾ ਕੁਝ ਥੋੜੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਖਾਵਾਂਗੇ ਕਿ ਬੰਦੇ ਕਿੱਦਾਂ ਹੌਲੀ 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 ਤਰੀਕੇ ਦੇ ਨਾਲ ਨਿਕਲ ਆਉਂਦੇ ਆ ਬਾਹਰ, ਤੇ ਨਿਕਲ ਵੀ ਰਹੇ ਆ ਵੀਰ, ਸੰਘਰਸ਼ ਕਰਨ ਡਏ ਆ, ਕਈ ਕਈ ਬਾਹਰ ਆ ਗਏ ਆ, ਕਈ ਆਉਣ ਡਏ। ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕੋਈ ਤੁਹਾਡੇ ਸਾਹਮਣੇ ਪ੍ਰੂਫ ਦੇਵਾਂਗੇ ਕਿ ਹਾਂ ਅਸੀਂ ਜਿਨ੍ਹਾਂ ਨੂੰ ਮਿਲੇ ਆ ਕਿਹਾ ਵਾ ਉਹ ਸਾਡੇ ਆਖੇ ਲੱਗੇ ਆ, ਉਹਨਾਂ ਨੇ ਆਪਣੀ ਜ਼ਿੰਦਗੀ ਤੋਂ ਮਤਲਬ ਨਵੇਂ ਸਿਰਿਓਂ ਜੀਣ ਦਾ ਇੱਕ ਧਈਆ ਕੀਤਾ ਵਾ। ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਆ। ਬਾਕੀ ਅੱਜ ਦੇ ਲਈ ਇੰਨਾ ਹੀ। ਹੋਰ ਵੀ ਕਮੈਂਟ ਇਹਦੇ ਤੇ ਬਹੁਤ ਆਉਣ ਡਿਆ, ਬਹੁਤ ਵੀਡੀਓ ਨੂੰ ਮਤਲਬ ਤੁਸੀਂ ਵੇਖ ਰਹੇ ਜੇ, ਚੱਲ ਰਹੀ ਆ ਮਤਲਬ ਵਧੀਆ ਤਰੀਕੇ ਦੇ ਨਾਲ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਾਕੀ ਕਮੈਂਟ ਬਹੁਤ ਜ਼ਿਆਦਾ ਆ। ਅਸੀਂ ਇੰਨੇ ਮਤਲਬ ਲੰਮਾ ਨਹੀਂ ਲੈ ਕੇ ਜਾਣਾ ਚਾਹੁੰਦੇ ਵੀਡੀਓ ਨੂੰ, ਅਸੀਂ ਫਿਰ ਅਗਲੀ ਵੀਡੀਓ ਦੇ ਵਿੱਚ ਕੁਝ ਗੱਲਾਂ ਬਾਤਾਂ ਜਿਹੜੀਆਂ ਉਦੋਂ ਲਈ ਰੱਖਦੇ ਆ। ਮਤਲਬ ਇੱਕ ਗਰੁੱਪ ਬਣਾ ਕੇ ਤੁਸੀਂ ਵੀ ਕਿਸੇ ਮਿੱਤਰ ਨੂੰ ਮਿਲੋ, ਯਾਰ ਦੋਸਤ ਨੂੰ ਮਿਲੋ ਜਿਹੜਾ ਨਸ਼ਾ ਕਰਦਾ, ਉਹਨੂੰ ਕਹੋ ਕਿ ਯਾਰ ਹਟ ਜਾ, ਇਹਦੇ ਵਿੱਚ ਕੋਈ ਨਹੀਂ ਆ, ਮੌਤ ਹੈ ਇਹਦੇ ਵਿੱਚ, ਅੱਗੇ ਤੁਹਾਡੇ ਆਖੇ ਲੱਗਣਗੇ। ਤੁਹਾਡੇ ਉਹ ਕਲਾਸ ਫੈਲੋ ਆ, ਤੁਹਾਡੇ ਹੀ ਮਤਲਬ ਕਿਸੇ ਦਾ ਕੋਈ ਕਲਾਸ ਫੈਲੋ ਆ, ਕਿਸੇ ਦਾ ਮਤਲਬ ਕੋਈ ਚਾਚਾ ਵਾ, ਕੋਈ ਤਾਇਆ ਵਾ, ਕਿਸੇ ਦਾ ਮਤਲਬ ਤੁਹਾਡੇ ਰਿਸ਼ਤੇਦਾਰ ਹੀ ਆ, ਸਾਰੇ ਰਿਸ਼ਤੇ ਜੀ ਆਪਣੇ ਹੀ ਆ ਸਾਰੇ ਬੰਦੇ। ਬਿਲਕੁਲ, ਤੇ ਇਹ ਕਰਕੇ ਮੇਰੇ ਵੀਰ ਸਾਡੀ ਸਿਰਫ ਇੰਨੀ ਅਪੀਲ ਆ ਕਿ ਟੀਕਾ ਛੱਡੋ ਬਸ। ਟੀਕਾ ਜਿਹੜੇ ਵੀ ਬੰਦੇ ਉਹਨਾਂ ਨੂੰ ਇੰਨੀ ਗੱਲ ਕਹੋ ਕਿ ਟੀਕਾ ਛੱਡ ਦਿਓ, ਕਿਉਂਕਿ ਟੀਕਾ ਬਿਮਾਰੀ ਦੀ ਜੜ੍ਹ ਆ। HIV, ਕਾਲਾ ਪੀਲੀਆ ਇਹਦੇ ਥਰੂ ਹੋ ਰਿਹਾ ਵਾ ਜ਼ਿਆਦਾ। ਬਿਲਕੁਲ, ਤੇ ਹੋਰ ਰੋਜ਼ ਵੀ ਇਹਦੇ ਨਾਲ ਹੋਣ ਡਈ ਆ। ਬਿਲਕੁਲ, ਇਸੇ ਦੇ ਨਾਲ ਮਰਨ ਡਿਆ। ਤੁਸੀਂ ਨਸ਼ਾ ਲੈਣ ਡਿਆ ਜੇ, ਹਸਪੀਟਲਾਂ 'ਚ ਮਿਲ ਡਿਆ ਗੋਲੀਆਂ ਜੀਭ ਥੱਲੇ ਰੱਖਣ ਵਾਲੀਆਂ, ਉਹ ਰੱਖੋ, ਕੋਈ ਚੱਕਰ ਨਹੀਂ ਆ, ਪਰ ਸੂਈ ਨਾ ਲਾਓ। ਜਿਹੜੀ ਤੁਸੀਂ ਸੂਈ ਲਾਉਣ ਡਿਆ ਜੇ ਨਾ, ਉਹ ਤੁਹਾਨੂੰ ਮਤਲਬ ਮਾਰਨ ਡਈ ਆ, ਉਹ ਡੋਬਣ ਡਈ ਆ, ਉਹ ਮਾਰਨ ਡਈ ਆ। ਤੇ ਇਹਨਾਂ ਚੀਜ਼ਾਂ ਨੂੰ ਬੰਦ ਕਰ ਦਿਓ ਜਲਦ ਤੋਂ ਜਲਦ। ਸਿਰਫ ਇੰਨਾ ਟੀਚਾ ਰੱਖੋ ਕਿ ਟੀਕਾ ਨਹੀਂ ਲਾਉਣਾ, ਟੀਕੇ ਤੋਂ ਬਚ ਕੇ, ਟੀਕੇ ਤੋਂ ਬਚੋ ਬਸ, ਟੀਕਾ ਨਾ ਲਾਓ ਮੇਰੇ ਭਰਾ। ਤੇ ਬਾਕੀ ਜਿਹੜੇ ਕੁਝ ਲੋਕ ਇਹ ਕਹਿੰਦੇ ਆ ਕਿ ਇੱਧਰ ਜੇ ਉਹ ਫੜੋ ਉਹਨਾਂ ਨੂੰ, ਜਾਂ ਉਹਨਾਂ ਬਾਰੇ ਅਸੀਂ ਗੱਲ ਕਰੀਏ ਜਿਹੜੇ ਵੇਚਦੇ ਆ, ਤੇ ਉਹ ਸਾਡਾ ਮਸਲਾ ਨਹੀਂ ਹੈ, ਸਰਕਾਰ ਦਾ ਮਸਲਾ, ਉਹ ਸਰਕਾਰ ਦਾ ਮਸਲਾ ਵਾ, ਉਹਦੇ ਤੇ ਸਰਕਾਰ ਹੀ ਗੱਲ ਕਰ ਸਕਦੀ ਹੈ। ਕਿਉਂਕਿ ਅਸੀਂ ਤਾਂ ਸਿਰਫ ਸਾਡਾ ਇੰਨਾ ਧਿਆਨ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਬਚਾ ਲਈਏ ਜਿਹੜੇ ਥੱਲੇ ਮਰਨ ਡਏ। ਹਾਂ, ਅਸੀਂ ਆਪਣੇ ਪਿੰਡ ਤੱਕ ਰਹਿ ਕੇ ਆਪਣੀਆਂ ਗੱਲਾਂ ਕਰਨ ਡਏ, ਆਪਣੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਮਿਲਦੇ ਹਾਂ। ਬਿਲਕੁਲ, ਤੇ ਤੁਹਾਡੇ ਤੱਕ ਤਦ ਪਹੁੰਚਾ ਰਹੇ ਹਾਂ ਕਿ ਸ਼ਾਇਦ ਤੁਸੀਂ ਇਹਦੇ ਤੋਂ ਵੇਖ ਕੇ ਕੁਝ ਕਰ ਸਕੋ, ਕੁਝ ਉੱਠੇ, ਕੋਈ ਲਹਿਰ ਉੱਠੇ ਇੱਦਾਂ ਦੀ, ਮਤਲਬ ਇੱਦਾਂ ਦੀ ਪਿੰਡੋਂ ਪਿੰਡੀ ਹੋਣ ਬੰਦੇ, ਆਪੋ ਆਪਣੇ ਕਰ ਲਓ। ਆਪਾਂ ਕੋਈ ਇਹ ਤੇ ਚੀਜ਼ ਨਹੀਂ ਹੈ ਕਿ ਕੋਈ ਇੱਥੇ ਆਪਾਂ ਕੋਈ ਉਹ ਗਰੁੱਪ ਬਣਾਉਣ ਲੱਗੇ ਆ, ਪਰ ਤੁਸੀਂ ਆਪੋ ਆਪਣੇ ਲੈਵਲ ਤੇ ਕਰੋ ਮੇਰੇ ਵੀ, ਜਿੰਨਾ ਵੀ ਕਿਸੇ ਦਾ ਕਰ ਸਕਦੇ। ਬਾਕੀ ਖੁਸ਼ ਰਹੋ, ਆਬਾਦ ਰਹੋ, ਆਬਾਦ ਰਹੋ, ਹੱਸਦੇ ਵਸਦੇ ਰਹੋ, ਹੱਸਦੇ ਵਸਦੇ ਰਹੋ। ਇਨਸਾਨੀਅਤ ਜਿੰਦਾਬਾਦ, ਇਨਸਾਨੀਅਤ ਜਿੰਦਾਬਾਦ, ਤੇ ਲਵ ਯੂ ਆ। ਫੇਰ ਮਿਲਾਂਗੇ ਜਲਦੀ ਨਵੇਂ ਐਪੀਸੋਡ ਦੇ ਨਾਲ। ਪਿੰਡ ਦਾ ਰੇਡੀਓ ਸਭ ਦਾ ਸਾਂਝਾ, ਪਿੰਡ ਦਾ ਰੇਡੀਓ।